ਵਿਆਹ ਚ ਫੋਰਚੂਨਰ ਗੱਡੀ ਨਾ ਦੇਣ ਤੇ ਬਿਨਾ ਲਾੜੀ ਤੋਂ ਮੁੜੀ ਬਰਾਤ ਲਾੜੀ ਦੇ ਸਾਰੇ ਚਾਅ ਰਹਿ ਗਏ ਅਧੂਰੇ ਲਾੜੇ ਨੇ ਇੱਕ ਹਫਤੇ ਚ ਲਾੜੀ ਦੇ ਕਤਲ ਕਰਨ ਦੀ ਦਿੱਤੀ ਧਮਕੀ ਤੋ ਮੈਂ ਸ਼ਾਦੀ ਨਹੀਂ ਕਰਨੀ ਔਰ ਇਸ ਤਰੀਕੇ ਕੀ ਅਗਰ ਕੋਈ ਬਾਤ ਹੋਤੀ ਹੈ ਮੰਨ ਲਓ ਤੋ ਇੱਕ ਹਫਤੇ ਅਗਰ ਤੂੰ ਮੇਰੇ ਕੰਮ ਨਹੀਂ ਕਰਤੀ ਹੈ ਤੂੰ ਤੋ ਮੈਂ ਤੇਰੇ ਕੋ ਮਾਰ ਦੂੰਗਾ 15 ਲੱਖ ਕੈਸ਼ ਨਾਲ ਦਿੱਤੇ ਸੀ ਲਾੜੇ ਨੂੰ ਸੋਨੇ ਦੇ ਗਹਿਣੇ ਦਹੇਜ ਮੈਂ 15 ਲੱਖ 51,000 ਔਰ ਕੁਛ 51 ਐਸੇ ਕਰਕੇ ਔਰ ਉਸਕੇ ਸਾਥ ਕਾਫੀ ਸਾਮਾਨ ਵੀ ਦਿਆ ਹੈ ਜੀ ਹਾਂ ਤੋ ਲਾਲਾ ਗਾਓ ਹੈ ਵਹਾਂ ਜਾਓ ਆਪ ਰੇਟ ਛਾਪੋ ਸਭ ਕੁਛ ਮਾਰੋ ਫੋਰਚੂਨਰ ਗੱਡੀ ਨਾ ਦੇਣ ਤੇ ਇੱਕ ਬਰਾਤ ਬਿਨਾ ਲਾੜੀ ਤੋਂ ਹੀ ਵਾਪਸ ਮੁੜੀ ਹੈ ਕਿਹਾ ਜਾ ਰਿਹਾ ਹੈ ਕਿ ਲਾੜੀ ਦੇ ਸਾਰੇ ਚਾਹ ਹੀ ਅਧੂਰੇ ਰਹਿ ਗਏ ਹਾਲਾਂਕਿ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਜਦੋਂ ਲੜਕੀ ਨੂੰ ਵਿਦਾ ਕਰਨ ਦਾ ਸਮਾਂ ਆਇਆ ਤਾਂ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਅੱਗੇ ਫੋਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ ਹਾਲਾਂਕਿ ਕਿਹਾ ਜਾ ਰਿਹਾ ਕਿ ਜੇਕਰ ਉਹ ਲੜਕੀ ਨੂੰ ਲੈ ਕੇ ਵੀ ਜਾਂਦੇ ਨੇ ਤਾਂ ਲੜਕੀ ਨੂੰ ਕਿਹਾ ਜਾ ਰਿਹਾ ਕਿ 7 ਦਿਨਾਂ ਦੇ ਵਿੱਚ ਮਾਰ ਵੀ ਦਿੱਤਾ ਜਾਵੇਗਾ ਇਹ ਗੱਲ ਜੋ ਹੈ ਲਾੜੇ ਦੇ ਵੱਲੋਂ ਕਹੀ ਗਈ ਹੈ ਤਾਂ ਦੱਸ ਦਈਏ ਕਿ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਆਹ ਦੇ ਵਿੱਚ ਫੋਰਚੂਨਰ ਗੱਡੀ ਨਾ ਦੇਣ ਤੇ ਜਦੋਂ ਲੜਕੀ ਨੂੰ ਵਿਦਾ ਕਰਨ ਦਾ ਸਮਾਂ ਆਇਆ ਉਸ ਸਮੇਂ ਉਹ ਲੜਕੀ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਦੋਵਾਂ ਪਿੰਡਾਂ ਦੀ ਪੰਚਾਇਤ ਵੀ ਹੋਈ ਪਰ ਉਸ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ ਤਾਂ ਲੜਕੀ ਦਾ ਵੀ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਇਆ ਜਦਕਿ ਕਿਹਾ ਜਾ ਰਿਹਾ ਕਿ 15 ਲੱਖ ਰੁਪਏ ਕੈਸ਼ ਅਤੇ ਸੋਨੇ ਤੇ ਕਈ ਗਹਿਣੇ ਲੜਕੇ ਨੂੰ ਪਾਏ ਗਏ ਸੀ ਪਰ ਫਿਰ ਵੀ ਉਹਨਾਂ ਨੇ ਫੋਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ ਲੜਕਾ ਇੱਥੋਂ ਤੱਕ ਵੀ ਕਹਿੰਦਾ ਨਜ਼ਰ ਆਇਆ ਕਿ ਜੇਕਰ ਉਸਦੇ ਨਾਲ ਲੜਕੀ ਨੂੰ ਤੋਰ ਵੀ ਦਿੱਤਾ ਜਾਂਦਾ ਤਾਂ 7 ਦਿਨਾਂ ਦੇ ਵਿੱਚ ਉਹ ਉਸਦਾ ਕਤਲ ਕਰ ਦੇਵੇਗਾ ਫਿਲਹਾਲ ਇਸ ਘਟਨਾ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਲੜਕੇ ਦਾ ਆਓ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜੀ ਮਾਮਲਾ ਕੁਛ ਨਹੀਂ ਹੈ ਨਿੱਜੀ ਬਾਤ ਹੈ ਇਹ ਮੈਂ ਲੜਕੀ ਨੂੰ ਨਹੀਂ ਲੈ ਜਾਣਾ ਚਾਹਤਾ ਮੇਰਾ ਇਹ ਪੁੱਛਣਾ ਥਾ ਇਹ ਮੇਰੇ ਅੰਦਰ ਦਾ ਆਪਣਾ ਡਰ ਵੀ ਹੈ ਇੱਕ ਸਵਾਲ ਵੀ ਹੈ ਕਿ ਭਾਈ ਕੱਲ੍ਹ ਕੋ ਆਜ ਮੈਂ ਕੁਛ ਵੀ ਹੂੰ ਮੇਰੇ ਪਾਪਾ ਕੀ ਵਜ੍ਹਾ ਸੇ ਹੂੰ ਕੱਲ੍ਹ ਮੰਨ ਲਓ ਮੇਰੇ ਪਾਪਾ ਕੁਛ ਹੋ ਜਾਤਾ ਹੈ ਤੋ ਜੇ ਮੈਂ ਆਪਣੀ ਜਵਾਬਦਾਰੀ ਲੂੰਗਾ ਤੋ ਉਸਮੇ ਮੈਂ ਮੰਨ ਲਓ ਕੱਲ੍ਹ ਮੇਰੇ ਕੋ ਪਸ਼ੂ ਰੱਖਣੇ ਪੜ ਗਏ ਭੈਂਸ ਰੱਖਤਾ ਹੂੰ ਗਾਏ ਰੱਖਤਾ ਹੂੰ ਤੋ ਕਿਆ ਲੜਕੀ ਉਸਕਾ ਕੰਮ ਕਰੇਗੀ ਅਬ ਲੜਕੀ ਕਾ ਇਹ ਕਹਿਣਾ ਹੈ ਕਿ ਮੈਂ ਨਹੀਂ ਕਰੂੰਗੀ ਤੋ ਉਸਮੇ ਮੈਨੇ ਗੁੱਸੇ ਮੈਂ ਇਹ ਕਹਾ ਹੈ ਕਿ ਠੀਕ ਨਹੀਂ ਕਰੇਗੀ ਤੋ ਮੈਂ ਸ਼ਾਦੀ ਨਹੀਂ ਕਰਨੀ ਔਰ ਇਸ ਤਰੀਕੇ ਕੀ ਅਗਰ ਕੋਈ ਬਾਤ ਹੋਤੀ ਹੈ ਮੰਨ ਲਓ ਤੋ ਇੱਕ ਹਫਤੇ ਅਗਰ ਤੂੰ ਮੇਰੇ ਕੰਮ ਨਹੀਂ ਕਰਤੀ ਹੈ ਤੂੰ ਤੋ ਮੈਂ ਤੇਰੇ ਕੋ ਮਾਰ ਦੂੰਗਾ ਜੀ ਦਹੇਜ ਵਹੇਜ ਤੋ ਇਹਨਾਂ ਨੇ ਜੋ ਦਿਆ ਹੈ ਉਹ ਦਿਆ ਹੈ ਕਿਸੇ ਦਿਆ ਹੈ ਨਹੀਂ ਦਿਆ ਹੈ ਤੋ ਜੀ ਅਮੀ ਹੀ ਖੜੇ ਹਾਂ ਆਪ ਜੋ ਆਪਕਾ ਜੋ ਲਗਤਾ ਹੈ ਆਪਕੋ ਜੈਸੇ ਦੋਸ਼ੀ ਲਗਤੇ ਹੈ ਵੈਸੇ ਆਪ ਸਜ਼ਾ ਦੇ ਸਕਤੇ ਹੋ ਕੋਈ ਬਾਤ ਨਹੀਂ ਫਿਰ ਆਪ ਉੱਪਰ ਤੱਕ ਜਾਓ ਫਿਰ ਇਹ ਕਿਹੜਾ ਡਰਾਮਾ ਕਿਉਂ ਕਰ ਰੱਖਿਆ ਸਰ ਜੀ ਮੈਨੇ ਤੋ ਇਨਕਾਰ ਆਪ ਲੜਕੀ ਕੇ ਪਾਪਾ ਸੇ ਪੁੱਛੋ ਠੀਕ ਹੈ ਤੋ ਅਗਰ ਇਨਕਾਰ ਐਸਾ ਮੰਨਣਾ ਹੈ ਤੋ ਇਸਕੇ ਹਿਸਾਬ ਸੇ ਮੁਝੇ ਕੋਈ ਸਜ਼ਾ ਦੇ ਦੀ ਜਾਏ ਪ੍ਰੀ ਪ੍ਰੋਗਰਾਮ ਨਹੀਂ ਲਗਤਾ ਹੈ ਆਪਕੋ ਕਿਆ ਜੀ ਪ੍ਰੀ ਪ੍ਰੋਗਰਾਮ ਨਹੀਂ ਹੈ ਕਿ ਸ਼ਾਦੀ ਮੰਡਪ ਮੇ ਫੇਰੇ ਲੈਣੇ ਕੇ ਬਾਅਦ ਮੇ ਫਿਰ ਇਸ ਤਰ੍ਹਾਂ ਦਾ ਤਮਾਸ਼ਾ ਔਰ ਡਰਾਮਾ ਕਰਨਾ ਔਰ ਫਿਰ ਕੁਝ ਹੋਰ ਜੋ ਹੈ ਡਿਮਾਂਡ ਫੋਰਚੂਨਰ ਆਪ ਫੋਰਚੂਨਰ ਕੀ ਡਿਮਾਂਡ ਵੀ ਕਰ ਰਹੇ ਹੈ ਜੀ ਮੈਨੇ ਆਪਣੇ ਮੂੰਹ ਸੇ ਕੋਈ ਫੋਰਚੂਨਰ ਵੋਰਚੂਨਰ ਨਹੀਂ ਕਹੀ ਅੱਗੇ ਕਾ ਜੀ ਇਹੀ ਪ੍ਰੋਗਰਾਮ ਹੈ ਕਿ ਜੀ ਲੜਕੀ ਮੇਰੀ ਕੁਛ ਇਨ ਬਾਤੋਂ ਸੇ ਜਾਂ ਮੇਰੇ ਕੋ ਪਸੰਦ ਨਹੀਂ ਹੈ ਜੀ ਮੇਰੀ ਲਾਈਫ ਮੇ ਜੋ ਅਭੀ ਦੂਜਬਰ ਕਾ ਜੋ ਧੱਬਾ ਲੱਗ ਗਿਆ ਹੈ ਉਸਕੋ ਕੌਣ ਮਿਟਾਏਗਾ ਉਸਕੋ ਜੀ ਆਪ ਸਮਾਜ ਜੋ ਫੈਸਲਾ ਲੋਗੋ ਲੈ ਲੋ ਅਭੀ ਫਿਲਹਾਲ ਤੋ ਜੀ ਮੈਂ ਯਹੀ ਕਰ ਰਹਾ ਹੂੰ ਕਿ ਜੀ ਮੈਂ ਲੜਕੀ ਕੋ ਨਹੀਂ ਲੈ ਜਾ ਰਹਾ ਦਹੇਜ ਮੇ ਕਿਤਨੇ ਦੀਏ ਵੋ ਵੀ ਬਤਾ ਦੋ ਉਨਕੋ ਆਪਕੋ ਦਹੇਜ ਮੇ ਕਿਤਨੇ ਦੀਏ ਜੀ ਦਹੇਜ ਮੇ 15 ਲੱਖ 51,000 ਔਰ ਕੁਛ 51 ਐਸੇ ਕਰਕੇ ਔਰ ਉਸਕੇ ਸਾਥ ਕਾਫੀ ਸਾਮਾਨ ਵੀ ਦਿਆ ਹੈ ਜੀ ਹਾਂ ਤੋ ਲਾਲਾ ਗਾਓ ਹੈ ਵਹਾਂ ਜਾਓ ਆਪ ਰੇਟ ਛਾਪੋ ਸਭ ਕੁਛ ਮਾਰੋ ਕੱਲ ਕਾ ਹੀ ਪ੍ਰੋਗਰਾਮ ਥਾ ਵਹਾਂ ਸੇ ਆਪ ਲੈ ਆਓ ਸਾਰੇ ਯਹਾਂ ਖੜੇ ਹਮ ਲਾਲਾ ਗਏ ਹੈ ਸਾਰੇ ਅਬ ਮੇਰੇ ਕੋ ਯਾਦ ਥੋੜੀ ਰਿਕਾਰਡ ਦੋ ਅੰਗੂਠੀ ਪਹਿਨਾਈ ਸੀ ਮੇਰੇ ਕੋ ਸੋਨੇ ਚਾਂਦੀ ਕੀ ਇੱਕ ਚੈਨ ਪਹਿਨਾਈ ਸੀ ਉਸਕੇ ਇਲਾਵਾ ਔਰ ਕਾਫੀ ਸਾਰਾ ਸਾਮਾਨ ਜੋ ਲਿਸਟ ਵਗੈਰਾ ਮੈਂ ਬੋਲਿਆ ਥਾ ਘਰ ਪੇ ਰੱਖਿਆ ਹੈ ਵੋ ਲਾਲਾ ਗਾਓ ਹੈ ਜੀ ਕਿਉਂ ਛੋੜ ਕੇ ਆਇਆ ਪਹਿਨ ਕੇ ਨਹੀਂ ਆਇਆ ਆਪਕੀ ਸ਼ਾਦੀ ਥੀ ਤੋ ਆਜ ਪਹਿਨ ਕੇ ਕਿਉਂ ਨਹੀਂ ਇਹ ਤਾਂ ਆਪਣੀ ਮਰਜ਼ੀ ਹੈ ਜੀ ਮੈਂ ਤਾਂ ਆਪਣੇ ਹੱਥ ਸੇ ਪਹਿਨ ਚਲਾਉਣਾ ਪਸੰਦ ਕਰਤਾ ਹੂੰ ਇਹ ਚੈਨ ਗੁੱਠੀ ਘੜੀ ਐਂਡਾ ਬੱਟੀ ਕੁਛ ਪਸੰਦ ਨਹੀਂ ਕਰਤਾ ਮੈਂ ਤਾਂ ਮੈਨੇ ਕੱਲ੍ਹ ਜੈਸੇ ਵੋ ਬਈ ਦੇਤੇ ਹੈ ਮੰਮੀ ਕੋ ਜੋੜੀ ਵਗੈਰਾ ਤੋ ਉਸੀ ਟਾਈਮ ਪੇ ਮੈਨੇ ਗੁੱਠੀ ਚੈਨ ਆਪਣੀ ਮੰਮੀ ਕੋ ਦੇ ਦੀ ਥੀ ਪਰਿਵਾਰ ਵਾਲੇ ਤੋ ਇਹ ਕਹਿ ਰਹੇ ਭਾਈ ਲੈ ਚਲ ਹਮਾਰੀ ਇੱਜ਼ਤ ਕਾ ਸਵਾਲ ਹੈ ਪਰ ਮੈਂ ਨਹੀਂ ਲੈ ਜਾ ਰਿਹਾ ਪਰਿਵਾਰ ਤੋ ਆਪਕੇ ਜੈਸਾ ਹੈ ਜੈਸੇ ਸਮਾਜ ਹੈ ਵੈਸੇ ਹੀ ਹੈ ਲੇਕਿਨ ਮੈਂ ਜੈਸੇ ਸਮਾਜ ਸੇ ਅਲਗ ਹੋ ਸਮਾਜ ਸੇ ਅਲਗ ਨਹੀਂ ਹੂੰ ਜੀ ਮੈਂ ਬਸ ਥੋੜਾ ਸਾ ਇਹ ਸੋਚ ਰਹਾ ਹੂੰ ਕਿ ਭਾਈ ਨਹੀਂ ਮੈਂ ਆਪਣੀ ਪੂਰੀ ਜ਼ਿੰਦਗੀ ਐਸੇ ਖਰਾਬ ਨਹੀਂ ਕਰ ਸਕਦਾ ਲਗਨ ਵੀ 15,51,000 ਕੈਸ਼ ਦਿਆ ਥਾ ਔਰ ਗਹਿਣੇ ਦੀ ਥੇ ਐਸੇ ਕੁਛ ਜੋ ਵੀ ਹੋਤਾ ਹੈ ਵੋ ਸਾਰੀ ਚੀਜ਼ੇ ਦੀ ਥੀ ਕੰਬਲ ਲੋਈ ਐਸੇ ਕੁਛ ਜਬ ਬਰਾਤ ਆਨੇ ਕਾ ਜਬ ਬਰਾਤ ਮੇ ਵਿਦਾਈ ਆਨੇ ਕਾ ਟਾਈਮ ਜਾਣੇ ਮਤਲਬ ਵਿਦਾਈ ਕਾ ਸਮਾਂ ਹੁਆ ਤਬ ਜੋ ਜੋ ਦੁਲਹਨ ਜੋ ਦੁਲਹੇ ਕੀ ਸਾਈਡ ਕੇ ਹੈ ਉਹਨੇ ਮਤਲਬ ਕਿ ਉਨਕੇ ਉਹਨੇ ਡਿਮਾਂਡ ਰੱਖੀ ਕਿ ਮਤਲਬ ਕਿ ਜੋ ਲੜਕਾ ਹੈ ਉਸਨੇ ਕਿਹਾ ਕਿ ਵੀ ਹੈ ਨਾ ਉਸਕੇ ਅਕੋਰਡਿੰਗ ਵੀ ਉਸਕੋ ਪੜ੍ਹੀ ਲਿਖੀ
समझदार चाहिए थी, बट मैं वो मतलब उस टाइप की नहीं थी, इसलिए उन्होंने कहा कि भी अगर मतलब मुझे तो अगर मतलब है ना फॉर्चुनर गाड़ी ही चाहिए। मैंने बीएड कर रखी है। अभी जो लड़के के जो पक्ष के लोग वो यही हैं और पंचायत चल रही है जी, वो भी ये सही बात है। उन्होंने मुझसे पूछा कि भी तुम कैसे बीमार हो रही हो, कोई बीमारी है क्या? तो उन्होंने कहा कि अगर मैं 7 दिन से ज़्यादा से बीमार रही तो वो मेरी जान ले लेंगे, मुझे मार देंगे। बारात लाला से आई थी। दूल्हे का क्या नाम? मणि। कुछ नहीं जी, बच्चे खाना खा रहे थे, हम तो यहाँ बैठे थे। तो उधर उन खाना खाते टाइम उनके आपस में चटपट सी हुई, फिर उसने बोला कि काम कुम का जिक्र करे बता रहे थे कि भाई जैसे पशु पुशु रखा तो आप कर लो, नहीं इन बातों पे पता लग गया नहीं मान्य बिगड़ गई ना जी, कोई डिमांड नहीं मारी, 1 रुपये की डिमांड नहीं थी। लड़की ने खुद ने आरोप लगाए हैं कि भाई फॉर्च्यूनर की डिमांड की गई है, दूसरा उसको यहाँ से ले जाने के 7 दिन बाद मार देने की भी बात कही है, क्या कहेंगे? ना जी, कोई डिमांड नहीं थी कहीं डाड़ की। अब क्या मामला चल रहा है? कुछ भी नहीं, अभी जो हमने काम मंजूर कहेगा वो हमने मंजूर है, जो सजा देगा वो। बारात कहाँ से लेके आए थे आप? लाला रोडाई से। कौन से जिले में पड़ता? रेवाड़ी।